ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੈਂਟਰਲ ਲੈਜਿਸਲੇਟਿਵ ਅਤੇ ਸਟੇਟ ਲੈਜਿਸਲੇਟਿਵ ਆਖਰੀ ਇਹ ਹੁੰਦੇ ਕੀ ਹੈ ਜੇ ਤੁਹਾਨੂੰ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਲੈਜਿਸਲੇਟਿਵ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੈਜਿਸਲੇਟਿਵ ਹੈ ਕੀ ਹੈ ਇਸ ਨੂੰ ਪੰਜਾਬੀ ਵਿੱਚ ਆਪਾਂ ਵਿਧਾਨ ਸਭਾ ਦੇ ਨਾਮ ਨਾਲ ਜਾਣਦੇ ਹਾਂ ਇਸ ਚੀਜ਼ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਗਵਰਨਮੈਂਟ ਦਾ ਸਟਰਕਚਰ ਜਾਨਣਾ ਪਵੇਗਾ ਚਲੋ ਇੱਕ ਵਾਰੀ ਆਪਾਂ ਦੇਖ ਲਈਏ ਗਵਰਨਮੈਂਟ ਆਫ ਸ ਜਿਵੇਂ ਆਪਣੀ ਗਵਰਨਮੈਂਟ ਹੈ ਸਭ ਤੋਂ ਪਹਿਲਾਂ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਉਸ ਦੇ ਤਿੰਨ 파ਟ ਹੁੰਦੇ ਨੇ ਜਿਸ ਵਿੱਚ ਇੱਕ 파ਟ ਤਾਂ ਆਪਣੀ ਵਿਧਾਨ ਸਭਾ ਜਿਵੇਂ ਕਿ ਲੈਜਿਸਲੇਟਿਵ ਮੈਂ ਤੁਹਾਨੂੰ ਦੱਸਤੀ ਆ ਉਸ ਤੋਂ ਬਾਅਦ ਕਿਹੜਾ 파ਟ ਹੁੰਦਾ ਐਗਜ਼ੀਕਿਊਟਿਵ ਦਾ 파ਟ ਹੁੰਦਾ ਉਸ ਤੋਂ ਬਾਅਦ ਜੁਡੀਸ਼ਰੀ ਦਾ 파ਟ ਹੁੰਦਾ ਇਹ ਤਿੰਨੇ 파ਟ ਲੈਜਿਸਲੇਟਿਵ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਇਹ ਤਿੰਨੇ 파ਟ ਕਾਫੀ ਇੰਪੋਰਟੈਂਟ ਨੇ ਇੰਡੀਆ ਗਵਰਨਮੈਂਟ ਨੂੰ ਚਲਾਉਣ ਲਈ ਹੁਣ ਆਪਾਂ ਇਹਨਾਂ ਤਿੰਨੇ ਪਾਰਟਸ ਦੇ ਕੰਮ ਜਾਣ ਲੈਣੇ ਆ ਕਿ ਸੈਂਟਰਲ ਲੈਜਿਸਲੇਟਿਵ ਦਾ ਕੀ ਕੰਮ ਹੁੰਦਾ ਹੈ ਐਗਜ਼ੀਕਿਊਟਿਵ ਦਾ ਕੀ ਕੰਮ ਹੁੰਦਾ ਹੈ ਤੇ ਜੁਡੀਸ਼ਰੀ ਦਾ ਕੰਮ ਕੀ ਹੁੰਦਾ ਸਭ ਤੋਂ ਪਹਿਲਾਂ ਗੱਲ ਕਰੀਏ ਲੈਜਿਸਲੇਟਿਵ ਦੀ ਗੱਲ ਕਰੀਏ ਤੇ ਤਾਂ ਇਹ ਆਪਣੇ ਭਾਰਤ ਵਿੱਚ ਕਾਨੂੰਨ ਬਣਾਉਂਦੀ ਹੈ ਤੇ ਇਹਨਾਂ ਨੂੰ ਸਿਲੈਕਟ ਕੌਣ ਕਰਦਾ ਹੈ ਜੋ ਵੀ ਵਿਧਾਨ ਸਭਾ ਦੇ ਮੈਂਬਰ ਹੁੰਦੇ ਨੇ ਇਹਨਾਂ ਨੂੰ ਸਿਲੈਕਟ ਕੌਣ ਕਰਦਾ ਜਦੋਂ ਆਪਾਂ VOTING ਕਰਦੇ ਆ ਤਾਂ ਆਪਾਂ VOTING ਦੁਆਰਾ ਆਪਾਂ ਐਮਐਲਏ ਐਮਪੀ ਚੁਣਦੇ ਆ ਤਾਂ ਇਹ ਐਮਐਲਏ ਐਮਪੀ ਜਦੋਂ ਪਾਰਲੀਮੈਂਟ ਵਿੱਚ ਜਾਂਦੇ ਨੇ ਤੇ ਬਹੁਮਤ ਹਾਸਲ ਕਰਦੇ ਨੇ ਪਾਰਲੀਮੈਂਟ ਵਿੱਚ ਕੀ ਹੁੰਦਾ ਹੁਣ ਐਗਜ਼ਾਮਪਲ ਦੇ ਦੋੜਦੇ ਆ ਆਪਣੇ ਇੰਡੀਆ ਵਿੱਚ ਕਾਂਗਰਸ ਤੇ ਬੀਜੇਪੀ ਦੋ ਸਰਕਾਰਾਂ کافی ਪ੍ਰਚਲਿਤ ਨੇ ਹੁਣ ਜੇ ਤੁਹਾਨੂੰ ਆਪਾਂ VOTING ਦੇਣੇ ਆ ਜਾਂ ਤਾਂ ਕਾਂਗਰਸ ਦੇ MLA ਨੂੰ ਆਪਾਂ ਜਿਤਾਣੇ ਆ ਜਾਂ BJP ਦੇ MLA ਨੂੰ ਜਿਤਾਣੇ ਆ ਹੁਣ ਜਿਹੜੇ ਵੀ ਇਹ MLA ਜਾਂ MP ਜਿੱਤਦੇ ਨੇ MP ਬਣਦੇ ਨੇ ਤਾਂ ਇਹ ਜਾਂਦੇ ਪਾਰਲੀਮੈਂਟ ਵਿੱਚ ਇੰਨਾ ਮੈਂਬਰ ਆਫ ਪਾਰਲੀਮੈਂਟ ਵਿੱਚ ਵੀ VOTING ਹੁੰਦੀ ਹੈ ਜਿਵੇਂ ਆਪਾਂ ਲੋਕ ਸਭਾ ਦੇ ਮੈਂਬਰਾਂ ਦੀ ਟੋਟਲ ਜੀ ਗਿਣਤੀ ਦੀ ਗੱਲ ਕਰੀਏ 543 ਲੋਕ ਸਭਾ ਦੇ ਮੈਂਬਰ ਨੇ ਆਪਣੀ ਪਾਰਲੀਮੈਂਟ ਵਿੱਚ ਤਾਂ ਹੁਣ ਇੰਨਾ ਵਿੱਚੋਂ 300 ਜਿਹੜੇ ਮੈਂਬਰ ਨੇ ਉਹ BJP ਦੇ ਨੇ 300 ਬੀਜੇਪੀ ਦੇ ਮੈਂਬਰ ਨੇ ਤਾਂ ਓਬਵੀਅਸ ਹੈ ਕਿ ਬਹੁਮਤ ਕੀ ਬੀਜੇਪੀ ਦੇ ਨਾਲ ਹੈ ਹੁਣ ਬੀਜੇਪੀ ਦੀ ਸਰਕਾਰ ਬਣੇਗੀ ਇਹਨਾਂ 300ਾਂ ਵਿੱਚੋਂ 300 ਮੈਂਬਰਾਂ ਵਿੱਚੋਂ ਕੋਈ ਇੱਕ ਪ੍ਰਾਈਮ ਮਿਨਿਸਟਰ ਬਣੇਗਾ ਤੇ ਉਸ ਤੋਂ ਬਾਅਦ ਉਹ ਪ੍ਰਾਈਮ ਮਿਨਿਸਟਰ ਆਪਣੀ ਜਿਹੜੀ ਮਿਨਿਸਟਰਾਂ ਦੀ ਸੂਚੀ ਨੂੰ ਤਿਆਰ ਕਰੇਗਾ ਜਿਸ ਵਿੱਚ ਅਲੱਗ-ਅਲੱਗ ਮਿਨਿਸਟਰੀ ਅਲੱਗ-ਅਲੱਗ ਇਨਸਾਨਾਂ ਨੂੰ ਜਾਂ ਅਲੱਗ-ਅਲੱਗ ਮੈਂਬਰ ਆਫ ਪਾਰਲੀਮੈਂਟ ਨੂੰ ਮਿਨਿਸਟਰ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ ਹੁਣ ਇਹ ਮਿਨਿਸਟਰ ਕੌਣ ਹੁੰਦੇ ਨੇ ਐਗਜ਼ੀਕਿਊਟਿਵ ਯਾਨੀ ਕਾਰਜਕਾਰੀ ਯਾਨੀ ਕਾਰਜਪਾਲਿਕਾ ਅਨਦਰ ਕੰਮ ਕੀ ਹੁੰਦਾ ਵਿਧਾਨ ਵਿਧਾਨਕ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਪਾਸ ਕਰਨ ਦਾ ਕੰਮ ਇਹਨਾਂ ਦਾ ਹੁੰਦਾ ਜਿਵੇਂ ਕਿ ਹੁਣ ਲੈਜਿਸਲੇਟਿਵ ਨੇ ਤਾਂ ਕਾਨੂੰਨ ਬਣਾਤੇ ਉਹ ਉਹਨਾਂ ਨੇ ਅੱਗੇ ਦਿੱਤੇ ਐਗਜ਼ੀਕਿਊਟਿਵ ਨੂੰ ਕਿ ਹਾਂ ਹੁਣ ਇਸ ਕਾਨੂੰਨ ਨੂੰ ਤੁਸੀਂ ਅੱਗੇ ਲਾਗੂ ਕਰਾਓ ਕਾਨੂੰਨ ਨੂੰ ਪਾਸ ਕਰੋ ਇਹਨਾਂ ਐਗਜ਼ੀਕਿਊਟਿਵਾਂ ਯਾਨੀ ਕਾਰਜਪਾਲਿਕਾ ਦਾ ਕੰਮ ਜਿਹੜਾ ਹੈ ਕਿ ਲੈਜਿਸਲੇਟਿਵ ਯਾਨੀ ਵਿਧਾਨ ਸਭਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਜਾਂ ਪਾਸ ਕਰਨਾ ਇਸ ਬੱਦ ਥਰਡ ਪੁਆਇੰਟ ਦੀ ਗੱਲ ਕਰੇ ਜੁਡੀਸ਼ਰੀ ਦੀ ਬਾਰੀ ਆਉਂਦੀ ਹੈ ਜੁਡੀਸ਼ਰੀ ਦਾ ਕੀ ਕੰਮ ਹੁੰਦਾ ਹੈ ਯਾਨੀ ਨਿਆਂਪਾਲਿਕਾ ਦਾ ਕੀ ਕੰਮ ਹੁੰਦਾ ਹੈ ਤਾਂ ਜਿਹੜੇ ਵੀ ਇਹ ਲਾਅ ਬਣਾਏ ਨੇ ਐਗਜ਼ੀਕਿਊਟਿਵ ਨੇ ਲਾਗੂ ਕਿਤੇ ਨੇ ਪਾਸ ਕੀਤੇ ਨੇ ਇਹਨਾਂ ਦਾ ਕੰਮ ਕੀ ਹੁੰਦਾ ਜੇ ਕੋਈ ਇਹਨਾਂ ਕਾਨੂੰਨਾਂ ਨੂੰ ਤੋੜਦਾ ਹੈ ਤਾਂ ਉਸ ਸਥਿਤੀ ਵਿੱਚ ਜਿਹੜਾ ਜੁਡੀਸ਼ਰੀ ਆਪਣੀ ਨਿਆਂਪਾਲਿਕਾ ਹੈ ਉਹ ਇਸ ਸਿਚੁਏਸ਼ਨ ਨੂੰ ਸੰਭਾਲਦੀ ਹੈ ਓਵਰঅল ਗੱਲ ਕਰੀਏ ਜਿਹੜਾ ਵੀ ਆਪਣਾ ਲਾਅ ਬਣਿਆ ਹੈ ਜੇ ਉਸ ਨੂੰ ਕੋਈ ਤੋੜਦਾ ਹੈ ਜਾਂ ਉਸ ਦੇ ਅਗੇਂਸਟ ਕੋਈ ਗਲਵੱਤ ਕਰਦਾ ਹੈ ਤਾਂ ਉਸ ਚੀਜ਼ ਨੂੰ ਨਿਆਪਾਲਿਕਾ ਦੇਖਦੀ ਹੈ ਜਿਸ ਵਿੱਚ ਆਪਣੇ ਹਾਈ ਕੋਰਟ ਸੁਪਰੀਮ ਕੋਰਟ ਜਾਂ ਨੋਰਮਲ ਕੋਰਟ ਆ ਜਾਂਦੇ ਨੇ ਉਸ ਨੂੰ ਆਪਾਂ ਨਿਆਪਾਲਿਕਾ ਇਹਨਾਂ ਜੁਡੀਸ਼ਰੀ ਦੇ ਨਾਮ ਨਾਲ ਜਾਣਦੇ ਹਾਂ ਲੈਜਿਸਲੇਟਿਵ ਯਾਨੀ ਵਿਧਾਨ ਸਭਾਵਾਵਾਂ ਦੇ ਰਿਲੇਟਡ ਹੈ ਤਾਂ ਇਸ ਵਿੱਚ ਆਪਾਂ ਦੇਖ ਲੈਣਾ ਹੁੰਦਾ ਕੀ ਹੈ ਇਸ ਵਿੱਚ ਕੀ ਹੁੰਦਾ ਇੱਕ ਤਾਂ ਸੈਂਟਰਲ ਵਿਧਾਨਕ ਹੁੰਦੀ ਹੈ ਸੈਂਟਰਲ ਲੈਜਿਸਲੇਟਿਵ ਤੇ ਇੱਕ ਹੁੰਦੀ ਹੈ ਸਟੇਟ ਲੈਜਿਸਲੇਟਿਵ ਜਿਸ ਨੂੰ ਆਪਾਂ ਪੰਜਾਬੀ ਵਿੱਚ ਕੇਂਦਰੀ ਵਿਧਾਨ ਸਭਾ ਕਹਿੰਦੇ ਆ ਤੇ ਸਟੇਟ ਲੈਜਿਸਲੇਟਿਵ ਨੂੰ ਆਪਾਂ ਰਾਜ ਵਿਧਾਨ ਸਭਾ ਦੇ ਨਾਮ ਨਾਲ ਪੰਜਾਬੀ ਵਿੱਚ ਜਾਣਦੇ ਆ ਹੁਣ ਸਭ ਤੋਂ ਪਹਿਲਾਂ ਕੇਂਦਰੀ ਵਿਧਾਨ ਸਭਾ ਦੀ ਗੱਲ ਕਰੀਏ ਇਹ ਸਸੰਦ ਵਿੱਚ ਕਾਨੂੰਨ ਬਣਾਉਂਦਾ ਹੈ ਸਸੰਦਾਂ ਦੇ ਵਿੱਚ ਕਾਨੂੰਨ ਬਣਾਉਣ ਲਈ ਦੋ ਹਾਊਸ ਹੁੰਦੇ ਨੇ ਜਿਹਨੂੰ ਆਪਾਂ ਸਦਨ ਦੇ ਨਾਮ ਨਾਲ ਜਾਣਦੇ ਆ ਸਭ ਤੋਂ ਇੱਕ ਨੰਬਰ ਦੀ ਗੱਲ ਕਰੀਏ ਹੇਟਲੇ ਸਦਨ ਜਿਸ ਨੂੰ ਆਪਾਂ ਲੋਕ ਸਭਾ ਕਹਿੰਦੇ ਆ ਉਸ ਤੋਂ ਬਾਅਦ ਸੈਕੰਡ ਹੈ ਜਿਹੜਾ ਉਹ ਉੱਪਰਲਾ ਸਦਨ ਜਿਹਨੂੰ ਆਪਾਂ ਰਾਜ ਸਭਾ ਕਹਿੰਦੇ ਆ ਸਟੇਟ ਲੈਜਿਸਲੇਟਿਵ ਦੀ ਗੱਲ ਕਰੀ ਤਾਂ ਇਹ ਵਿਧਾਨ ਮੰਡਲ ਦੇ ਅਕੋਰਡਿੰਗ ਕਾਨੂੰਨ ਬਣਾਉਂਦਾ ਇਸ ਵਿੱਚ ਵੀ ਦੋ ਸਦਨ ਹੁੰਦੇ ਨੇ ਹੇਠਲੇ ਸਦਨ ਨੂੰ ਆਪਾਂ ਵਿਧਾਨ ਸਭਾ ਦੇ ਨਾਮ ਨਾਲ ਜਾਣਦੇ ਆ ਤੇ ਉੱਪਰਲੇ ਸਦਨ ਨੂੰ ਆਪਾਂ ਵਿਧਾਨ ਪ੍ਰੀਸ਼ਦ ਦੇ ਨਾਮ ਨਾਲ ਜਾਣਦੇ ਆ ਹੁਣ ਦੋਸਤ ਜਿਹੜਾ ਇਹ ਵਿਧਾਨ ਸਭਾ ਹੈ ਇਹ ਇਹ ਭਾਰਤ ਦੇ ਸਾਰੇ ਸਟੇਟਾਂ ਵਾਸਤੇ ਸਾਰੇ ਰਾਜਾਂ ਵਾਸਤੇ ਜ਼ਰੂਰੀ ਹੈ ਕੰਪਲਸਰੀ ਹੈ ਬਟ ਜਿਹੜੀ ਵਿਧਾਨ ਪ੍ਰੀਸ਼ਦ ਹੈ ਕਿਸੇ ਕਿਸੇ ਰਾਜ ਵਾਸਤੇ ਇਹ ਜ਼ਰੂਰੀ ਨਹੀਂ ਹੈ ਮਤਲਬ ਭਾਰਤ ਵਿੱਚ ਕੋਈ ਕੋਈ ਸਟੇਟ ਜੇ ਚਾਹੇ ਤਾਂ ਵਿਧਾਨਪਰਿਸ਼ਦ ਦੀ ਨਿਯੁਕਤੀ ਨਹੀਂ ਕਰ ਸਕਦਾ ਜੇ ਚਾਹੇ ਤਾਂ ਕਰ ਵੀ ਸਕਦਾ ਹੈ ਤੇ ਜੇ ਐਗਜ਼ਾਮ ਵਿੱਚ ਕੁਐਸਚਨ ਇਹ ਪੁੱਛ ਲਿਆ ਜਾਂਦਾ ਹੈ ਕਿ ਟੋਟਲ ਵਿਧਾਨ ਸਭਾ ਪਰਿਸ਼ਦ ਕਿੰਨੇ ਸਟੇਟਸ ਕੋਲ ਹੈ ਤਾਂ ਟੋਟਲ ਜਿਹੜੇ 7 ਸਟੇਟ ਨੇ ਆਪਣੇ ਇੰਡੀਆ ਦੇ ਜਿਨ੍ਹਾਂ ਦੇ ਕੋਲ ਵਿਧਾਨਪਰਿਸ਼ਦ ਹੈ ਕਿ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਲਈ ਜੇ ਤੁਸੀਂ ਡਿਜੀਟਲ ਲਿਟਰੇਸੀ ਪੋਲਿਟੀ ਜਰਨਲ ਸਾਇੰਸ ਪੰਜਾਬ ਜੀਕੇ ਐਂਡ ਕਲਚਰ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਜਿਸ ਦਾ ਪ੍ਰਾਈਸ ਸਿਰਫ 44 ਰੁਪਈਆ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮਿਲਣ ਨਾਲ ਗੱਲ ਕਰਕੇ ਪਹਿਲਾਂ ਪੂਰੀ ਜਾਣਕਾਰੀ ਲੈ ਲਓ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇ ਤਾਂ ਇਸ ਪੀਡੀਐਫ ਫਾਈਲ ਨੂੰ ਜ਼ਰੂਰ ਬਾਏ ਕਰ ਲਓ ਐਂਡ ਕਾਫੀ ਕੈਂਡੀਡੇਟ ਨੇ ਇਹ ਪੀਡੀਐਫ ਫਾਈਲ ਆਲਰੇਡੀ ਬਾਏ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਪਾਲਟੀ ਦਾ ਸਬਜੈਕਟ ਮੈਂ ਜਿਹੜੀ ਬੁੱਕ ਵਿੱਚੋਂ ਪੜ੍ਹਦਾ ਜੇ ਤੁਸੀਂ ਵੀ ਬੁੱਕ ਲੈਣ ਦੀ ਸੋਚ ਰਹੇ ਹੋ ਤਾਂ ਮੈਂ ਉਸ ਬੁੱਕ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਇਹ ਲੇਟੈਸਟ ਐਡੀਸ਼ਨ ਬੁੱਕ ਹੈ ਤੁਸੀਂ ਲਿੰਕ ਤੇ ਕਲਿੱਕ ਕਰਕੇ Amazon ਤੋਂ ਕੈਸ਼ ਔਨ ਡਿਲੀਵਰੀ ਇਸ ਬੁੱਕ ਨੂੰ ਆਰਡਰ ਕਰ ਸਕਦੇ ਹੋ ਐਂਡ ਲੈਜਿਸਲੇਟਿਵ ਤੋਂ ਬਾਅਦ ਹੁਣ ਆਪਾਂ ਐਗਜ਼ੀਕਿਊਟਿਵ ਯਾਨੀ ਕਾਰਜਪਾਲਿਕਾ ਬਾਰੇ ਗੱਲ ਕਰ ਰਹੇ ਹੁੰਦੀਆਂ ਕਿ ਵੀ ਸੈਂਟਰ ਲੈਵਲ ਤੇ ਹੁੰਦਾ ਯਾਨੀ ਕੇਂਦਰੀ ਵਿਧਾਨਕ ਹੁੰਦਾ ਉਸ ਨੂੰ ਕਹਿੰਦੇ ਆਪਾਂ ਤੇ ਸਟੇਟ ਲੈਵਲ ਤੇ ਵੀ ਵਿਧਾਇਕ ਹੁੰਦੇ ਨੇ ਹੁਣ ਜਿਹੜੀ ਸੈਂਟਰ ਲੈਵਲ ਦਾ ਜਿਹੜੇ ਐਗਜ਼ੀਕਿਊਟਿਵ ਹੁੰਦੇ ਨੇ ਉਸ ਵਿੱਚ ਪ੍ਰਮੁੱਖ ਕੌਣ ਹੁੰਦਾ ਵੈਸੇ ਤਾਂ ਰਾਸ਼ਟਰਪਤੀ ਹੁੰਦਾ ਉਸ ਤੋਂ ਬਾਅਦ ਉਪ ਰਾਸ਼ਟਰਪਤੀ ਹੁੰਦਾ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਹੁੰਦਾ ਤੇ ਉਸ ਤੋਂ ਬਾਅਦ ਮੰਤਰੀ ਮੰਡਲ ਹੁੰਦਾ ਹੁਣ ਉੱਪਰ ਜਿਹੜਾ ਆਪਣਾ ਰਾਸ਼ਟਰਪਤੀ ਹੈ ਉਸ ਦਾ ਨਾਮ ਮੈਨੂੰ ਵੀਡੀਓ ਦੇ ਕਮੈਂਟ ਵਿੱਚ ਲਿਖ ਕੇ ਤੁਸੀਂ ਦੱਸ ਦਿਓ ਰਾਸ਼ਟਰਪਤੀ ਕੀ ਹੁੰਦਾ ਬੜੇ ਭਾਰਤ ਵਿੱਚ ਨਾ ਮਾਤਰ ਸਿਰਫ ਕੋਨ ਦਾ ਇਸ ਕੋਲ ਸ਼ਕਤੀਆਂ ਤਾਂ ਬਹੁਤ ਹੁੰਦੀਆਂ ਨੇ ਪਰ ਇਸ ਸ਼ਕਤੀਆਂ ਦਾ ਜਿਹੜਾ ਇਸਤੇਮਾਲ ਆ ਉਹ ਪ੍ਰਧਾਨ ਮੰਤਰੀ ਯੂਜ਼ ਕਰਦਾ ਹੈ ਕੁਝ ਜਦ ਪ੍ਰਧਾਨ ਮੰਤਰੀ ਦੁਆਰਾ ਮੰਤਰੀ ਮੰਡਲ ਯਾਨੀ ਮਿਨਿਸਟਰ ਦਾ ਮੰਤਰੀ ਮੰਡਲ ਤਿਆਰ ਕੀਤਾ ਜਾਂਦਾ ਉਸ ਨੂੰ ਵੀ ਤਨਖਾਟ ਵਿੱਚ ਵੰਡਿਆ ਗਿਆ ਤਾਂ ਕਿ ਕੰਮ ਥੋੜਾ ਈਜ਼ ਹੋ ਸਕੇ ਪਹਿਲੇ ਜਿਹੜਾ ਮੰਤਰੀ ਮੰਡਲ ਹੁੰਦਾ ਉਹ ਕੈਬਨਿਟ ਮਿਨਿਸਟਰ ਦਾ ਹੁੰਦਾ ਉਸ ਤੋਂ ਬਾਅਦ ਸਟੇਟ ਮਿਨਿਸਟਰ ਹੁੰਦੇ ਨੇ ਉਸ ਤੋਂ ਬਾਅਦ 22 ਮਿਨਿਸਟਰ ਹੁੰਦੇ ਨੇ ਤੇ ਇਹ ਜਿਹੜੇ ਵੀ ਇਹਨਾਂ ਮਿਨਿਸਟਰੀ ਵਿੱਚ ਸ਼ਾਮਿਲ ਹੁੰਦੇ ਨੇ ਮੰਤਰੀ ਉਹਨਾਂ ਦਾ ਸੰਸਦ ਦਾ ਮੈਂਬਰ ਹੋਣਾ ਲਾਜ਼ਮੀ ਹੁੰਦਾ ਹੈ ਸਟੇਟ ਲੈਵਲ ਦੇ ਐਗਜ਼ੀਕਿਊਟਿਵ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਉੱਪਰ ਯਾਨੀ ਹੈੱਡ ਜੋ ਹੁੰਦਾ ਉਹ ਰਾਜਪਾਲ ਹੁੰਦਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਹੁੰਦਾ ਹੈ ਤੇ ਉਸ ਤੋਂ ਬਾਅਦ ਮੰਤਰੀ ਮੰਡਲ ਹੁੰਦਾ ਹੈ ਜਿਵੇਂ ਕਿ ਇੱਥੇ ਰਾਸ਼ਟਰਪਤੀ ਕੋਲ ਕਾਫੀ ਸ਼ਕਤੀਆਂ ਨੇ ਪਰ ਉਸ ਦਾ ਇਸਤੇਮਾਲ ਪ੍ਰਧਾਨ ਮੰਤਰੀ ਕਰਦਾ ਹੈ ਉਸੇ ਤਰ੍ਹਾਂ ਜੇ ਆਪਾਂ ਸਟੇਟ ਦੀ ਗੱਲ ਕਰੀਏ ਤਾਂ ਰਾਜਪਾਲ ਕੋਲੇ ਵੀ ਸ਼ਕਤੀਆਂ ਕਾਫੀ ਹੁੰਦੀਆਂ ਨੇ ਪਰ ਉਸ ਦਾ ਉਹ ਯੂਜ਼ਿੰਗ ਕਰ ਸਕਦਾ ਤਾਂ ਕਰਕੇ ਮੁੱਖ ਮੰਤਰੀ ਉਸ ਦਾ ਯੂਜ਼ ਕਰ ਸਕਦਾ ਤੇ ਆਪਣੇ ਪੰਜਾਬ ਦਾ ਮੁੱਖ ਮੰਤਰੀ ਦਾ ਨਾਮ ਵੀ ਵੀਡੀਓ ਦੇ ਕਮੈਂਟ ਵਿੱਚ ਕਰਕੇ ਮੈਨੂੰ ਦੱਸ ਦਿਓ ਦਸ ਸਟੇਟ ਲੈਵਲ ਦੇ ਮੰਤਰੀ ਮੰਡਲ ਵਿੱਚ ਹਰ ਮੰਤਰੀ ਦਾ ਲਾਜ਼ਮੀ ਹੁੰਦਾ ਹੈ ਕੀ ਹੁੰਦਾ ਵਿਧਾਨ ਸਭਾ ਦਾ ਮੈਂਬਰ ਹੋਣਾ ਲਾਜ਼ਮੀ ਹੈ ਫਿਰ ਉਸ ਨੂੰ ਮੰਤਰੀ ਮੰਡਲ ਵਿੱਚ ਇਨਕਲੂਡ ਕੀਤਾ ਜਾਂਦਾ ਦੋਸਤੋ ਇਹ ਸਭ ਸੁਰੂਤ ਤੋਂ ਤੁਹਾਨੂੰ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਜਦੋਂ ਆਪਾਂ ਅੱਗੇ ਲੈਜਿਸਲੇਟਿਵ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਬਾਰੇ ਪੜਾਂਗੇ ਤਾਂ ਤੁਹਾਡਾ ਮਾਈਂਡ ਵਿੱਚ ਸਾਰਾ ਚੀਜ਼ਾਂ ਇਹ ਜਿਹੜੀ ਵੀ ਚੀਜ਼ਾਂ ਨੇ ਇਹ ਕਲੀਅਰ ਹੋਣ ਕਿ ਹਾਂ ਕਿਵੇਂ ਕਿਵੇਂ ਕੌਣ ਕਦੋਂ ਕਿਸ ਤਰ੍ਹਾਂ ਕਰਦਾ ਹੈ ਤਾਕੀ ਤੁਹਾਨੂੰ ਅੱਗੇ ਦੀਆਂ ਗੱਲਾਂ ਸਮਝਣ ਵਿੱਚ ਆਸਾਨੀ ਹੋ ਜਵੇ। ਦੇਖੋ ਦੋਸਤੋ ਤੁਹਾਡੇ ਵੱਸੇ ਐਨਾ ਜ਼ੋਰ ਲਾ ਰਹੇ ਆ, ਐਨਾ ਟਾਈਮ ਵੇਸਟ ਕਰ ਰਹੇ ਆ। ਪਹਿਲਾਂ ਮੈਂ ਕੀ 슬ਾਈਡ ਬਣਾ ਕੇ ਵੀਡੀਓ ਪ੍ਰੋਵਾਈਡ ਕਰਵਾਣੀ ਬੰਦ ਕਰ ਦਿੱਤੀ ਸੀ ਪਰ ਮੇਰੇ ਕੋਲ ਜਿਵੇਂ ਇੱਕ ਕਮੈਂਟ ਆਇਆ ਇੰਸਟਾਗ੍ਰam ਤੇ ਜਿਹੜੇ ਵੀ ਮੈਸੇਜ ਆਏ ਉਸ ਵਿੱਚ ਲਿਖਿਆ ਹੋਇਆ ਸੀ ਕਿ ਸਰ 슬ਾਈਡ ਬਣਾ ਕੇ ਹੀ ਮੈਨੂੰ ਸਾਨੂੰ ਪੜਾਓ। ਤਾਂ ਹੁਣ ਅੱਜ ਸਵੇਰੇ ਦਾ ਮੈਂ ਇਹ ਸਲਾਈਡ ਤਿਆਰ ਕਰੀ ਜਨਾ ਮੈਟ੍ਰਿਕਸ ਵਿੱਚ ਇਨਕਲੂਡ ਕੀਤਾ ਹੈ ਤਾਂ ਹੁਣ ਬੜੀ ਮੁਸ਼ਕਿਲ ਨਾਲ ਇਹ ਵੀਡੀਓ ਤਿਆਰ ਹੋਈ ਹੈ ਹੁਣ ਜੇ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਨਹੀਂ ਕਰੋਗੇ ਤਾਂ ਮੈਨੂੰ ਚੰਗਾ ਤਾਂ ਨਹੀਂ ਫੀਲ ਹੋਊਗਾ ਹੁਣ ਦੋਸਤੋ ਤੁਹਾਡਾ ਕੀ ਬਣਦਾ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਰਾਈਟ ਡਾਊਨ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਕੇ ਚਲੇ ਜਾਓ ਸਬੰਧ ਆਪਾਂ ਗੱਲ ਕਰ ਰਹੇ ਨੇ ਜੁਡੀਸ਼ਰੀ ਦੀ ਯਾਨੀ ਨਿਆਪਾਲਿਕਾ ਦੀ ਨੇਪਾਲਿਕਾ ਵਿੱਚ ਤੁਹਾਨੂੰ ਪਤਾ ਹੈ ਜੇ ਕੋਈ ਵੀ ਆਪਾਂ ਰੂਲ ਤੋੜਦੇ ਆ ਜਾਂ ਕੋਈ ਆਪਣਾ ਆਫਿਸ ਵਿੱਚ ਕਿਸੇ ਨਾਲ ਝਗੜਾ ਹੋ ਜਾਂਦਾ ਤਾਂ ਆਪਾਂ ਕੋਰਟਵਲ ਭਜਦੇ ਆ ਪੁਲਿਸ ਕੇਸ ਕਰਦੇ ਆ ਪੁਲਿਸ ਕੇਸ ਅੱਗੇ ਕੋਰਟਵਲ ਰੈਫਰ ਕਰ ਦਿੰਦੇ ਨੇ ਤਾਂ ਇਹ ਕੋਰਟ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਸਭ ਤੋਂ ਮੁੱਖ ਹੁੰਦਾ ਜਿਹੜਾ ਉੱਚ ਹੁੰਦਾ ਉਹ ਸੁਪਰੀਮ ਕੋਰਟ ਹੁੰਦਾ ਹੈ ਉਸ ਤੋਂ ਬਾਅਦ ਹਾਈ ਕੋਰਟ ਆਉਂਦਾ ਉਸ ਤੋਂ ਬਾਅਦ ਡਿਸਟ੍ਰਿਕਟ ਕੋਰਟ ਆਉਂਦਾ ਤੇ ਸੁਪਰੀਮ ਕੋਰਟ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਚੀਫ ਜਸਟਿਸ ਹੁੰਦਾ ਹੈ ਤੇ ਇਸ ਕਰੰਟ ਟਾਈਮ ਵਿੱਚ ਆਪਣੇ ਇੰਡੀਆ ਦਾ ਚੀਫ ਜਸਟਿਸ ਕੌਣ ਹੈ ਉਸ ਦਾ ਨਾਮ ਵੀ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਜਰੂਰ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਤਾਂ ਕਿ ਮੇਰੀ ਵੀ ਐਗਜ਼ਾਮ ਦੀ ਤਿਆਰੀ ਵਧੀਆ ਹੋ ਸਕੇ ਜੇ ਤੁਹਾਨੂੰ ਨਹੀਂ ਪਤਾ ਤਾਂ ਗੂਗਲ ਤੇ ਜਾਓ ਤੁਹਾਨੂੰ इजीली ਮਿਲ ਜਾਏਗਾ ਕਰੰਟ ਚੀਫ ਜਸਟਿਸ ਆਫ ਇੰਡੀਆ ਲਿਖ ਕੇ ਸਰਚ ਕਰੋ ਤੇ ਵੀਡੀਓ ਦੇ ਵਿੱਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਸਿਪਰੀਮ ਕੋਰਟ ਦਾ ਕੰਮ ਕੀ ਹੁੰਦਾ ਹੈ ਸਿਪਰੀਮ ਕੋਰਟ ਆਪਣੇ ਕੇਸ ਵੀ ਨਿਪਟਾਉਂਦਾ ਵਿਚਾਰਾ ਹੈ ਨਾ ਤੇ ਹਾਈ ਕੋਰਟ ਦੇ ਜਿਹੜੇ ਕੇਸ ਪੈਂਡਿੰਗ ਹੁੰਦੇ ਜਾਂ ਨਹੀਂ ਨਿਵੇ ਜਿਹੜੇ ਹੁੰਦੇ ਹਾਈ ਕੋਰਟ ਤੋਂ ਉਹ ਸੁਪਰੀਮ ਕੋਰਟ ਵੱਲ ਆ ਜਾਂਦੇ ਨੇ ਤਾਂ ਸੁਪਰੀਮ ਕੋਰਟ ਨੂੰ ਹਾਈ ਕੋਰਟ ਦਾ ਕੇਸ ਵੀ ਦੇਖਣਾ ਪੈਂਦਾ ਤੇ ਆਪਣੇ ਕੇਸ ਵੀ ਨਿਵੇੜੇ ਕਰਨੇ ਪੈਂਦੇ ਨੇ ਤੇ ਭਾਰਤ ਕੋਲ ਗੱਲ ਕਰੀਏ ਟੋਟਲ 24 ਹਾਈ ਕੋਰਟ ਸਨ ਪਹਿਲਾਂ ਹੁਣ ਅੰਧਰਾ ਪ੍ਰਦੇਸ਼ ਵਿੱਚ ਇੱਕ ਪੱਚਿਮਾ ਹਾਈ ਕੋਰਟ ਤਿਆਰ ਕੀਤਾ ਗਿਆ ਹੁਣ ਜੇ ਐਗਜ਼ਾਮ ਵਿੱਚ ਇਹ ਕੁਐਸਚਨ ਬਣ ਜਾਂਦਾ ਤਾਂ ਆਪਣੇ ਭਾਰਤ ਕੋਲ ਟੋਟਲ 25 ਹਾਈ ਕੋਰਟ ਨੇ ਯਾਦ ਰੱਖਿਓ ਇਹ ਗੱਲ ਵੀ ਉਕੇ ਦੋਸਤੋ ਨੂੰ ਉਮੀਦ ਹੈ ਤੁਸੀਂ ਲੈਜਿਸਲੇਟਿਵ ਐਗਜ਼ੀਕਿਊਟਿਵ ਤੇ ਜੁਡੀਸ਼ੀਅਲ ਬਾਰੇ ਜਿਹੜੀ ਮੇਨ ਪੁਆਇੰਟ ਹੁੰਦੇ ਆ ਉਹ ਸਮਝ ਗਏ ਹੋਵੋਗੇ